ਹੈ ਪਰਲੇ ਪਾਸੇ ਮੌਕਾ ਦੇਖੋ ਕਿੰਨਾ ਖੋਲਿਆ ਇੱਥੇ ਕੋਈ ਡਿਫੈਂਸਿਵ ਕਵਰੇਜ ਹੈ ਨਹੀਂ ਸੀ ਇੱਥੇ ਪਰ ਸ਼ਾਟ ਨਹੀਂ ਮਾਰ ਹੋਇਆ ਬ੍ਰੋਡੀ ਦੇ ਕੋਲ ਨੀ ਲੈਣ ਦਾ ਸ਼ਾਟ ਹੋ ਗਿਆ ਰੀਬਾਉਂਡ ਤੇ ਕਰ ਗਿਆ ਗੋਲ ਮੈਥਿਊ ਨਾਈਸ 10-0 ਟੋਰਾਂਟੋ ਮੇਪਲ ਲੀਫਸ ਕਟਾਪਾ ਚਾੜ ਦਿੱਤਾ ਗਵਲੇ ਫਰੇਮ ਦੇ ਵਿੱਚ ਤਿੰਨ ਲਗਾਤਾਰ ਗੋਲ ਕਰ ਗਏ ਨੇ ਟੋਰਾਂਟੋ ਮੇਪਲ ਲੀਫਸ ਤੇ 7 ਮਿੰਟ 20 ਸਕਿੰਟਾਂ ਦੇ ਵਿੱਚ ਵਿੱਚ ਪੜਨੇ ਪਾ ਦਿੱਤਾ ਇੱਥੇ ਮੰਟਰੀਅਲ ਕੈਨੇਡੀਅਨਸ ਜ਼ੋਰ ਪਾ ਰਹੇ ਨੇ ਪਾਸਿੰਗ ਦੇਖ ਲਓ ਖੱਜਲ ਕੀਤਾ ਇੱਥੇ ਮੰਟਰੀਅਲ ਕੈਨੇਡੀਅਨਸ ਦੇ ਖਿਡਾਰੀਆਂ ਨੂੰ ਤੇ ਆਹ ਸੀਗੀ ਸੈਮ ਮਾਉਂਟਨਬੋ ਦੀ ਗਲਤੀ ਹਾਂ ਹਲਕਾ ਜਿਹਾ ਸ਼ਾਟ ਇਹ ਤੋਂ ਪ੍ਰੋਪਰਲੀ ਫੜਨੀ ਹੋਇਆ ਆਪਣੇ ਦਸਤਾਨੇ ਦੇ ਨਾਲ ਛੱਡ ਗਿਆ ਰੀਬਾਉਂਡ ਬੈਕ ਹੈਂਡ ਫੋਰ ਹੈਂਡ ਨਾਈਜ਼ ਨੇ ਠੋਕ ਦੇਣਾ ਗੋਲ ਤੇ ਇਹ ਹੈਗਾ ਮੈਥਿਊ ਨਾਈਜ਼ ਦਾ ਗੋਲ ਨੰਬਰ 14 ਸੀਜ਼ਨ 'ਤੇ